ਜਦੋਂ ਵੀ ਨਾ ਤੁਸੀਂ ਲੁਧਿਆਣੇ ਨਾ ਕੁਹਾੜੇ ਤੋਂ ਲੱਖੋਵਾਲ ਰੋਡ ਤੇ ਲੰਘਦੇ ਹੋਵੋਗੇ ਨਾ ਤਾਂ ਤੁਹਾਡੀ ਨਿਗਾਹ ਦੇ ਵਿੱਚ ਆਹ ਬੋਰਡ ਪਿਆ ਹੋਊਗਾ ਦਾ ਵਿਕਟੋਰੀਅਨ ਗ੍ਰੈਂਡ ਤੇ ਨਾ ਤੁਹਾਨੂੰ ਨਾ ਇੱਕ ਲੁੱਕ ਤੋਂ ਨਾ ਮੁੱਢ ਵਾਲੀ ਤੋਂ ਆਹ ਪੈਲਸ ਦਾ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਪਿਆ ਹੋਊਗਾ ਤੁਹਾਡੇ 'ਤੇ ਤੁਹਾਨੂੰ ਐਂ ਲੱਗੂਗਾ ਕਿ ਇੱਕ ਨਿੱਕਾ ਜਿਹਾ ਪੈਲਸ ਬਣਿਆ ਹੋਇਆ ਪਰ ਇਹ ਪੈਲਸ ਬਹੁਤ ਵੱਡਾ ਬਣਿਆ ਹੋਇਆ ਤੁਹਾਨੂੰ ਕਮਾਲ ਦੀ ਚੀਜ਼ ਦਿਖਾਉਂਦਾ ਕਿ ਜਦੋਂ ਲੁਧਿਆਣੇ ਵਾਲੇ ਫਿਰ ਬਈ ਆਪਦਾ ਦਿਮਾਗ ਲਾਉਂਦੇ ਆ ਨਾ ਤਾਂ ਬੜੀ ਘੈਂਟ ਚੀਜ਼ ਆਮ ਲੋਕ ਕੀ ਕਰਦੇ ਹੁੰਦੇ ਆ ਕਿ ਬਹੁਤ ਸਾਰਾ ਦਿਖਾਵਾ ਕਰ ਲੈਂਦੇ ਅਤੇ ਕਈ ਵਾਰੀ ਵਰਤੋਂ ਵਾਲੀ ਚੀਜ਼ ਘੱਟ ਜਾਂਦੀ ਆ ਤਾਂ ਇਹ ਪੈਲਸ ਆ ਜਿਹੜਾ ਪਿਛਲੇ ਪਾਸੇ ਨੂੰ ਜਾਈ ਜਾਓਗੇ ਤਾਂ ਇਹਨੇ ਮੁੱਕਣ ਦਾ ਨਾਂ ਨਹੀਂ ਲੈਣਾ ਤੁਸੀਂ ਦੇਖੋ ਇਹਦੇ 'ਚ ਡੈਕੋਰੇਸ਼ਨ ਕਿੰਨੀ ਘੈਂਟ ਕੀਤੀ ਆ ਇੱਕ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਦੱਸ ਦਿੰਦਾ ਵੀ ਜੇ ਆਪਾਂ ਇਹ ਪੈਲਸ ਨੂੰ ਬੁੱਕ ਕਰਦੇ ਹਾਂ ਆਪਦੇ ਵਿਆਹ ਸ਼ਾਦੀ ਪ੍ਰੋਗਰਾਮ ਵਾਸਤੇ ਤਾਂ ਤੁਹਾਨੂੰ ਲੁਧਿਆਣੇ ਦੇ ਵਿੱਚ ਇੰਨੀਆਂ ਫੈਸਿਲਿਟੀਆਂ ਵਾਲਾ ਬਹੁਤ ਜਾਇਜ਼ ਰੇਟ 'ਤੇ ਪੈਲਸ ਮਿਲ ਜਾਣਾ ਹੁੰਦਾ ਬਹੁਤ ਵਾਰ ਲੁਧਿਆਣੇ 'ਚ ਜੇ ਤਾਂ ਪੈਲਸ ਆ ਤਾਂ ਨਰਮ ਆ ਜੇ ਚੰਗੇ ਆ ਤਾਂ ਰੇਟ ਬਹੁਤ ਜ਼ਿਆਦਾ ਆਹ ਦੇਖੋ ਆਹ ਹਜੇ ਪੈਲਸ ਦਾ ਬਾਹਰਲਾ ਪਾਸਾ ਏ ਆਹ ਬਾਹਰਲਾ ਪਾਸਾ ਵੀ ਜਿੱਥੇ ਬੰਦਾ ਕਹਿੰਦਾ ਵੀ ਪੈਲਸ ਦੀ ਥੋੜ੍ਹੇ ਜਿਹੇ ਸ਼ੋਰ ਸ਼ਰਾਬੇ ਤੋਂ ਬਾਹਰ ਅਸੀਂ ਖਾੜਾ ਲਾਉਣਾ ਜਾਂ ਸ਼ਗਨ ਵੀ ਬਾਹਰਲੇ ਪਾਸੇ ਪਾਉਣਾ ਅਤੇ ਜਾਂ ਨਾ ਮਤਲਬ ਅਸੀਂ ਸ਼ੋਰ ਸ਼ਰਾਬੇ ਤੋਂ ਦੂਰ ਬਹਿਣਾ ਉੱਥੇ ਪ੍ਰੋਬਲਮ ਪਤਾ ਕੀ ਆਉਂਦੀ ਆ ਲੋਕਾਂ ਨੂੰ ਉੱਥੇ ਪ੍ਰੋਬਲਮ ਆਉਂਦੀ ਹੁੰਦੀ ਆ ਇੱਕ ਗੱਲ ਦੀ ਛੱਤ ਦੀ ਉੱਥੇ ਛੱਤ ਟੈਂਟ ਵਾਲੀ ਹੁੰਦੀ ਆ ਜੇ ਮੀਂਹ ਕਣੀ ਆ ਜਾਵੇ ਜਾਂ ਤਰੇਲ ਪੈ ਜਾਵੇ ਤਾਂ ਉਹਦੇ ਉੱਪਰੋਂ ਚੋਈ ਜਾਂਦਾ ਰਹਿੰਦਾ ਤਾਂ ਇਹਨਾਂ ਨੇ ਪੈਲਸ ਤੋਂ ਬਾਹਰ ਵੀ ਇੱਕ ਪੈਲਸ ਹੀ ਬਣਾਤਾ ਜਿਹਦੀ ਛੱਤ ਛੁੱਤ ਪੂਰੀ ਘੈਂਟ ਬਣਾਤੀ ਆ ਬਾਹਰਲੇ ਪਾਸੇ ਦੀ ਛੱਤ ਅਤੇ ਕੁਰਸੀਆਂ ਨੈਕਸਟ ਲੈਵਲ ਵੀ ਇੱਥੇ ਨਮਾਰਜੀ ਵਾਲੀਆਂ ਕੁਰਸੀਆਂ ਨਹੀਂ ਧਰੀਆਂ ਹੋਈਆਂ ਇੱਥੇ ਵੀ ਜਿਹੜੀਆਂ ਕੁਰਸੀਆਂ ਆ ਉਹ ਪੂਰੀਆਂ ਨੈਕਸਟ ਲੈਵਲ ਧਰੀਆਂ ਹੋਈਆਂ ਤਾਂ ਇੱਥੇ ਵੀ ਨਾਲ ਦੀ ਨਾਲ ਜਿਹੜੀ ਖਾਣੇ ਦੀ ਫੈਸਿਲਿਟੀ ਆ ਉਹ ਇੱਧਰ ਵੀ ਦਿੱਤੀ ਹੋਈ ਆ ਅੱਗੇ ਆ ਜਾਓ ਇਸੇ ਪੈਲਸ ਦੇ ਵਿੱਚ ਤੁਹਾਨੂੰ ਮੈਂ ਅਗਲੇ ਪਾਸੇ ਥੋੜ੍ਹਾ ਜਿਹਾ ਹੋਰ ਲੈ ਕੇ ਜਾਂਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਵੇਂ ਜਿਵੇਂ ਤੁਸੀਂ ਇਹ ਪੈਲਸ ਦੇ ਅੰਦਰ ਵੜੀ ਜਾਓਗੇ ਨਾ ਤਾਂ ਇਹ ਪੈਲਸ ਨੇ ਮੁੱਕਣ ਦਾ ਨਾਂ ਨਹੀਂ ਲੈਣਾ ਪਹਿਲਾਂ ਬਾਹਰ ਦਿਖਾ ਲਏਗੀ ਆ ਜਾ ਬਾਹਰ ਦਿਖਾਉਂਦੇ ਹਾਂ ਫਿਰ ਤੁਹਾਨੂੰ ਅੰਦਰ ਦਿਖਾਉਣਾ ਅੰਦਰ ਦਿਖਾਉਣਾ ਆਹ ਦੇਖੋ ਇੱਧਰਲੇ ਪਾਸੇ ਜਿਵੇਂ ਜਿਵੇਂ ਤੁਸੀਂ ਇਹਨੂੰ ਅੱਗੇ ਨੂੰ ਜਾਈ ਜਾਓਗੇ ਤਾਂ ਪੈਲਸ ਦੇ ਵਿੱਚ ਜਗ੍ਹਾ ਜਿਹੜੀ ਉਹ ਮਗਰਲੇ ਪਾਸੇ ਤੱਕ ਖੁੱਲ੍ਹੀ ਖੁੱਲ੍ਹੀ ਹੁੰਦੀ ਜਾਣੀ ਆ ਤਾਂ ਇੱਧਰਲੇ ਪਾਸੇ ਵੀ ਤੁਹਾਨੂੰ ਸਟਾਲਾਂ ਸਟੂਲਾਂ ਲਾਉਣ ਵਾਸਤੇ ਵਧੀਆ ਜਗ੍ਹਾ ਮਿਲ ਜਾਣੀ ਆ ਆ ਜਾ ਹੁਣ ਮੈਂ ਤੁਹਾਨੂੰ ਅੰਦਰਲੇ ਪਾਸੇ ਲੈ ਕੇ ਜਾਂਦਾ ਅੰਦਰਲਾ ਪਾਸੇ ਤੋਂ ਫਿਰ ਗਾਂ ਇੱਕ ਹੋਰ ਅੰਦਰਲੇ ਪਾਸੇ ਲੈ ਕੇ ਜਾਊਂਗਾ ਆ ਜਾਓ ਦੇਖੋ ਬਾਹਰਲੇ ਪਾਸੇ ਤੋਂ ਪੈਲਸ ਪੂਰਾ ਘੈਂਟ ਬਣਿਆ ਹੋਇਆ ਜੋ ਤੁਸੀਂ ਸੜਕ ਤੋਂ ਦੇਖਦੇ ਆ ਤੁਹਾਨੂੰ ਆਹ ਚੀਜ਼ ਨਜ਼ਰ ਨਹੀਂ ਆਉਂਦੀ ਜਿਹੜੀ ਚੀਜ਼ ਇਸ ਥਾਂ ਤੋਂ ਹੁਣ ਨਜ਼ਰ ਆਉਂਦੀ ਆ ਵੀ ਇੱਥੇ ਆ ਕੇ ਕਿੰਨਾ ਘੈਂਟ ਪੈਲਸ ਬਣਿਆ ਵਾ ਇੱਥੇ ਆ ਕੇ ਤਾਂ ਯਾਰ ਕਿਸੇ ਵੱਡੇ ਕਿਲੇ ਨੂੰ ਮਾਤ ਦਿੰਦਾ ਆ ਜਾਓ ਅੰਦਰ ਆਓ ਤੁਹਾਨੂੰ ਦਿਖਾਉਣਾ ਮੈਂ ਲੈ ਬੰਦਾ ਕਹਿੰਦਾ ਇੱਥੇ ਆ ਕੇ ਮੁੱਕ ਗਿਆ ਇੱਥੇ ਆ ਕੇ ਵੀ ਨਹੀਂ ਮੁੱਕਦਾ ਇਦੋਂ ਗਾਂ ਆ ਜਾਓ ਇਹਨਾਂ ਨੇ ਇੱਥੇ ਕਮਰੇ ਵੀ ਦਿੱਤੇ ਹੋਏ ਆ ਬਾਥਰੂਮ ਵੀ ਦਿੱਤੇ ਹੋਏ ਕਮਰੇ ਵੀ ਦਿੱਤੇ ਹੋਏ ਆ ਅਤੇ ਇੱਧਰਲੇ ਪਾਸੇ ਨਾ ਆਹ ਦੇਖੋ ਇੱਥੇ ਆ ਗਿਆ ਇਹਨਾਂ ਦਾ ਉਹ ਜਗ੍ਹਾ ਜਿੱਥੇ ਤੁਹਾਡੀਆਂ ਖਾਣ ਪੀਣ ਦਾ ਸਮਾਨ ਲੱਗਣਾ ਜਿੱਥੇ ਬਹਿ ਕੇ ਪਾਰਟੀ ਸੰਗੀਤ ਚੱਲ ਫਿਰ ਕੇ ਤੁਰ ਫਿਰ ਕੇ ਵਾਲਾ ਸੰਗੀਤ ਜਿੱਥੇ ਹੋਣਾ ਠੀਕ ਹੈ ਕਿ ਨਹੀਂ ਜਿੱਥੇ ਖਾਣਾ ਲੱਗ ਜਾਣਾ ਇਹਦੀ ਤੁਸੀਂ ਛੱਤ ਦੇਖੋ ਕਿੰਨੀ ਘੈਂਟ ਬਣੀ ਹੋਈ ਆ ਕਿੰਨੇ ਘੈਂਟ ਝੂਮਰ ਲੱਗੇ ਹੋਏ ਆ ਇਹਦੇ 'ਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੀਆਂ ਚਿਹਰਾਂ ਦਿੱਤੀਆਂ ਗਈਆਂ ਕਿੰਨੀਆਂ ਮਹਿੰਗੀਆਂ ਚਿਹਰਾਂ ਦਿੱਤੀਆਂ ਗਈਆਂ ਤੁਹਾਡੇ ਬਹਿਣ ਵਾਸਤੇ ਕਿੰਨੇ ਘੈਂਟ ਸੋਫੇ ਦਿੱਤੇ ਗਏ ਆ ਤੁਹਾਡੇ ਬਹਿਣ ਵਾਸਤੇ ਜਿਹੜੀ ਪੂਰੀ ਲਗਜ਼ਰੀ ਫੀਲ ਵਾਲੇ ਕਿੰਨੀਆਂ ਐਂ ਵੀ ਨਹੀਂ ਵੀ ਇੱਕੋ ਤਰ੍ਹਾਂ ਦਾ ਫਰਨੀਚਰ ਲਾਇਆ ਅਲੱਗ ਅਲੱਗ ਤਰ੍ਹਾਂ ਦਾ ਫਰਨੀਚਰ ਲਾਇਆ ਹੋਇਆ ਕਿਤੇ ਕੁਰਸੀਆਂ ਕਿਸ ਤਰ੍ਹਾਂ ਦੀਆਂ ਲਗਾਈਆਂ ਕਦੇ ਕੁਰਸੀਆਂ ਕਿਸੇ ਤਰ੍ਹਾਂ ਦੀਆਂ ਲਗਾਈਆਂ ਫਿਰ ਜਿਹੜਾ ਖਾਣਾ ਰੱਖਣ ਵਾਸਤੇ ਜਿਹੜੇ ਭਾਂਡੇ ਟਿੰਡੇ ਹੁੰਦੇ ਆ ਉਹ ਦੇਖੋ ਕਿੰਨੇ ਘੈਂਟ ਤਰੀਕੇ ਦੇ ਰੱਖੇ ਹੋਏ ਆ ਮਤਲਬ ਪੂਰਾ ਘੈਂਟ ਫੀਲ ਦਿੱਤਾ ਹੋਇਆ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਜਾਗ ਨਹੀਂ ਰਹੀਆਂ ਜਦੋਂ ਉਹ ਸਾਰੀਆਂ ਤੁਹਾਡੇ ਲਈ ਜਗਾ ਦਿੱਤੀਆਂ ਜਾਣਗੀਆਂ ਉਦੋਂ ਇਹਦਾ ਫੀਲ ਆ ਜਿਹੜਾ ਹੋਰ ਵੀ ਨੈਕਸਟ ਐਕਸਟ੍ਰੀਮ ਲੈਵਲ 'ਤੇ ਆਜੂਗਾ ਇਦੋਂ ਗਾਂਹ ਚੱਲਦੇ ਹਾਂ ਇਦੋਂ ਗਾਂਹ ਤੁਹਾਨੂੰ ਦਿਖਾ ਦਿੰਦਾ ਕਿ ਬਹੁਤ ਸਾਰੇ ਸੱਜਣਾਂ ਦੇ ਦਿਮਾਗ ਦੇ ਵਿੱਚ ਇਹ ਆਇਆ ਹੋਊਗਾ ਵੀ ਯਾਰ ਪੈਲਸ ਦਿਖਾਤਾ ਸਾਰਾ ਕੁਝ ਦਿਖਾਤਾ ਪਾਰਕਿੰਗ ਨਹੀਂ ਹੋਣੀ ਸ਼ਹਿਰ ਦਾ ਕੰਮ ਆ ਪਾਰਕਿੰਗ ਨਹੀਂ ਹੋਣੀ ਹੋ ਸਕਦਾ ਗੱਡੀਆਂ ਸਾਨੂੰ ਸੜਕ 'ਤੇ ਖੜਾਉਣੀਆਂ ਪੈਣ ਪਰ ਨਹੀਂ ਨਹੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਵੇਂ ਜਿਵੇਂ ਤੁਸੀਂ ਮਗਰਲੇ ਪਾਸੇ ਨੂੰ ਤੁਰੇ ਜਾਓਗੇ ਨਾ ਇਹ ਪੈਲਸ ਦੇ ਉਵੇਂ ਉਵੇਂ ਤੁਹਾਨੂੰ ਹੋਰ ਖੁੱਲ੍ਹਦਾ ਨਜ਼ਰ ਆਊਗਾ ਆਹ ਦੇਖੋ ਲਓ ਹੁਣ ਗੱਲ ਕਰ ਜਿੱਥੋਂ ਤੱਕ ਮੇਰੀ ਉਂਗਲੀ ਜਾਂਦੀ ਆ ਅਤੇ ਤੁਹਾਡੀ ਨਿਗਾਹ ਜਾਂਦੀ ਆ ਉੱਥੋਂ ਤੱਕ ਪਾਰਕਿੰਗ ਹੀ ਪਾਰਕਿੰਗ ਖੜ੍ਹੀ ਆ ਲੋ ਕਰੋ ਗੱਲ ਹੈ ਨਾ ਕਮਾਲ
ਬਹੁਤ ਕਮਾਲ ਪੈਲਸ ਬਣਿਆ, ਪੂਰੀ ਖੁੱਲ੍ਹੀ ਪਾਰਕਿੰਗ ਆ। ਕਈ ਵਾਰੀ ਬੰਦਾ ਨਾ ਇਨਕੁਆਇਰੀ ਕਰਨ ਇਸੇ ਕਰਕੇ ਨਹੀਂ ਵੜਦਾ ਇਹ ਪੈਲਸ ਦੇ ਵਿੱਚ। ਇਹ ਪੈਲਸ ਨੂੰ ਥੋੜ੍ਹਾ ਜਿਹਾ ਉਹਨਾਂ ਨੇ ਦਿਖਾਇਆ ਨਹੀਂ, ਬਣਾਇਆ ਆਪਾਂ ਕਹਿ ਸਕਦੇ ਹਾਂ। ਮਾਲਕਾਂ ਨੇ ਇਹਨੂੰ ਦਿਖਾਇਆ ਘੱਟ ਹੈ ਸੜਕ 'ਤੇ, ਬਣਾਇਆ ਜ਼ਿਆਦਾ। ਆ ਜਾਓ ਤੁਹਾਡੀ ਮਾਲਕਾਂ ਨਾਲ ਗੱਲ ਕਰਾਉਂਦਾ ਕਿ ਕਿਵੇਂ ਤੁਸੀਂ ਬੁੱਕ ਕਰ ਸਕਦੇ ਹਾਂ ਅਤੇ ਕਿੰਨਾ ਕੁ ਇਹ ਲੁਧਿਆਣੇ ਦੇ ਪੈਲਸਾਂ ਨਾਲੋਂ ਮਹਿੰਗਾ ਅਤੇ ਕਿੰਨਾ ਕੁ ਸਸਤਾ ਪੈਂਦਾ। ਆ ਜਾਓ ਕਰਦੇ ਹਾਂ ਗੱਲਬਾਤ। ਲੈ ਵੀ ਆਪਾਂ ਮਿਲਦੇ ਹਾਂ ਬਾਈ ਬੀਨੂ ਹੁਣਾਂ ਨੂੰ, ਇਹ ਪੈਲਸ ਦਾ ਸਾਰਾ ਪ੍ਰਬੰਧ ਸਮਝਦੇ ਆ, ਮਾਲਕ ਹੈ। ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ। ਬਾਈ ਪੈਲਸ ਬਹੁਤ ਸੋਹਣਾ ਬਣਿਆ, ਧੰਨਵਾਦ ਬਾਈ ਜੀ, ਬਹੁਤ ਸੋਹਣਾ ਬਣਿਆ ਹੋਇਆ, ਆਨੰਦ ਆਇਆ ਦੇਖ ਕੇ। ਅਤੇ ਬਾਈ ਕਿੰਨੀ ਸ਼ਮਤਾ, ਕਿੰਨੀ ਸਮਰੱਥਾ, ਕਿੰਨੀ? 1500 ਬੰਦੇ ਤੱਕ ਸ਼ਮਤਾ ਬਾਈ। 1500 ਬੰਦੇ? ਹਾਂਜੀ, 1500 ਬੰਦਾ ਤੁਸੀਂ ਆਰਾਮ ਨਾਲ ਭੁਗਤਾ ਸਕਦੇ ਹੋ। ਜਿਵੇਂ ਮਤਲਬ ਤੁਹਾਨੂੰ ਦੇਖ ਕੇ ਪਹਿਲੀ ਵਾਰ ਹੀ ਸਮਝ ਆਉਂਦੀ ਆ ਵੀ ਯਾਰ ਬੰਦੇ ਆਪਣੇ ਪੇਂਡੂ ਬੰਦੇ ਆ, ਹਨਾ। ਕਈ ਵਾਰੀ ਜਦੋਂ ਤੁਸੀਂ ਮੈਨੂੰ ਕੁਹਾੜੇ ਆਖਿਆ ਤਾਂ ਮੈਨੂੰ ਲੱਗਿਆ ਕਿ ਯਾਰ ਉਹ ਸ਼ਹਿਰੀ ਬੰਦੇ ਹੋਣਗੇ ਨਾ, ਸ਼ਹਿਰੀ ਬੰਦੇ। ਤੇ ਤੁਸੀਂ ਆਪਣੇ ਪਿੰਡਾਂ ਵਾਲੇ ਬੰਦੇ, ਪਿੰਡਾਂ ਵਾਲੇ ਬੰਦੇ, ਤੇ ਰੇਟ ਵੀ ਪਿੰਡਾਂ ਵਾਲੇ ਪਿੰਡਾਂ ਵਾਲੇ ਦੇਣਾ ਬਾਈ ਜੀ, ਕੁਆਲਿਟੀ ਸ਼ਹਿਰ ਵਾਲੀ ਦੇਣੀ ਆ ਸਾਰੀ, ਲੁਧਿਆਣੇ ਸ਼ਹਿਰ ਵਿੱਚ ਤਾਂ ਕੋਈ ਸ਼ੱਕ ਵਾਲੀ। ਹਾਂਜੀ, ਮਤਲਬ ਸਾਰੀ ਸ਼ਹਿਰ ਵਾਲੀ ਦੇਣੀ ਆ, ਰੇਟ ਪਿੰਡਾਂ ਵਾਲਾ ਰੱਖਿਆ ਜੀ। ਵੀ ਮਤਲਬ ਕਹਿਣ ਤੋਂ ਭਾਵ ਵੀ ਜਿਹੜੇ ਲੁਧਿਆਣੇ ਦੇ ਲੋਕ ਆ ਉਹ ਕੁਆਲਿਟੀ ਤੋਂ ਹਟ ਕੇ ਤੇ ਮਤਲਬ ਸਮਝੌਤਾ ਕਰਨ ਦੀ ਲੋੜ ਨਹੀਂ, ਕੁਆਲਿਟੀ ਉਹੀ, ਕੁਆਲਿਟੀ ਉਹੀ ਆ, ਫੈਸਿਲਿਟੀ ਉਹੀ, ਰੇਟ ਪਿੰਡ, ਰੇਟ ਪਿੰਡ, ਪਿੰਡਾਂ ਵਾਲਾ, ਸ਼ਹਿਰ ਵਾਲਾ ਕੋਈ ਰੇਟ ਨਹੀਂ। ਜੇ ਤੁਸੀਂ ਲੁਧਿਆਣੇ ਵਾਲੇ ਸਪੈਸ਼ਲ ਤੁਹਾਨੂੰ ਚਾਹੀਦਾ ਨਾ, ਆ ਜਾਓ ਬਾਈ। ਤੇ ਬਿਨੂ ਬਾਈ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਕਿੰਨਾ ਚਿਰ ਪਹਿਲਾਂ ਮਤਲਬ ਕੋਈ ਬੰਦਾ ਤੁਹਾਡੇ ਨਾਲ ਡੇਟ ਕਰੇ ਜਾਂ ਡਿਨਰ ਦਾ? ਮਹੀਨਾ ਪਹਿਲਾਂ ਜੀ, ਮਹੀਨਾ, ਇੱਕ ਮਹੀਨਾ ਪਹਿਲਾਂ, ਇੱਕ ਮਹੀਨਾ ਪਹਿਲਾਂ ਘੱਟੋ ਘੱਟ, ਇੱਕ ਮਹੀਨਾ ਪਹਿਲਾਂ, 15 ਦਿਨ ਪਹਿਲਾਂ ਵੀ ਕੋਈ ਕਰ ਸਕਦਾ। ਕਈ ਵਾਰ ਕਿਤੇ ਐਮਰਜੈਂਸੀ ਫੰਕਸ਼ਨ ਰੱਖਿਆ ਜਾਂਦਾ ਵਾ, ਤੇ ਮੇਨ ਤਾਂ ਡੇਟ ਤੇ ਆ, ਜੇ ਸਾਡੇ ਕੋਲ ਡੇਟ ਫ੍ਰੀ ਆ ਤਾਂ ਆਪਾਂ ਉਹਨੂੰ ਦੇ ਸਕਦੇ ਹਾਂ। ਤੇ ਰਾਤ ਦਾ ਵੀ ਕਰ ਦਿੰਦੇ ਹਾਂ? ਰਾਤ ਦਾ ਵੀ ਕਰਦੇ ਹਾਂ, ਦਿਨ ਦਾ ਵੀ ਕਰਦੇ ਹਾਂ। ਤੇ ਇਕੱਲਾ ਪੈਲਸ ਹੀ ਦਿੰਦੇ ਆ ਜਾਂ ਪੂਰੀ ਫੈਸਿਲਿਟੀ ਦਿੰਦੇ? ਪੂਰੀ ਫੈਸਿਲਿਟੀ ਦਿੰਦੇ ਆ ਜੀ, ਵਿਦ ਕੇਟਰਿੰਗ ਕਰਦੇ ਆ ਜੀ, ਸਾਰਾ ਕੁਝ ਸਾਡਾ ਹੀ ਪ੍ਰਬੰਧ ਹੁੰਦਾ ਜੀ। ਬਈ ਜੇ ਮੰਨ ਕੇ ਚੱਲੋ ਵੀ ਬੰਦੇ ਨੇ ਇਕੱਲਾ ਪੈਲਸ ਕਰਨਾ, ਉਹ ਵੀ ਕਰ ਲਏ? ਜੇ ਵੀ ਕਰ ਦਿੰਦੇ ਆ, ਜੇ ਸਾਰਾ ਕਰਨਾ ਤਾਂ ਬੰਦੇ ਨੇ ਸਾਰੇ, ਅਸੀਂ ਸਾਰਾ ਹੀ ਕਰਕੇ ਦਿੰਦੇ ਆ ਬੰਦੇ ਨੂੰ ਸਾਰਾ। ਸਾਰੇ 'ਚ ਅਗਲੇ ਨੂੰ ਜ਼ਿਆਦਾ ਫਾਇਦਾ, ਕਿੱਥੇ ਅਗਲੇ ਨੇ ਇਕੱਲੇ ਇਕੱਲੇ ਕੈਟਰਿੰਗ ਵਾਲੇ ਨੂੰ ਅੱਡ ਮੁਨਾਫਾ ਦੇਣਾ? ਹਾਂਜੀ, ਰਾਸ਼ਨ ਵਾਲੇ ਨੂੰ ਅੱਡ ਮੁਨਾਫਾ ਦੇਣਾ, ਇੱਥੇ ਇੱਕ ਜਗ੍ਹਾ 'ਤੇ ਸਾਰਾ ਕੰਮ ਹੋ ਜਾਣਾ। ਹਾਂ, ਅਤੇ ਬੰਦਾ ਨਹੀਂ ਜਿਹਨੇ ਚਾਰ ਪਾਸਿਆਂ ਤੋਂ ਕੰਮ ਕਰਨਾ ਹੁੰਦਾ ਉਹ ਕੀ ਕਰਦਾ ਕਿ ਤਿੰਨ ਕੁ ਪਾਸਿਆਂ ਦਾ ਮੁਨਾਫਾ ਛੱਡ ਦਿੰਦਾ? ਨਹੀਂ, ਅਗਲਾ ਇੱਕ ਪਾਸੇ ਦਾ ਲੈ ਲੈਂਦਾ, ਵਿਆਹ ਦਾ ਆਨੰਦ ਲਵੇ, ਸਾਨੂੰ ਜ਼ਿੰਮੇਵਾਰੀ ਦੇਵੇ, ਕੋਟ ਪੈਂਟ ਪਾ ਕੇ ਆਵੇ, ਕੋਟ ਪੈਂਟ ਪਾ ਕੇ ਆਵੇ, ਸਾਰਾ ਕੁਝ ਅਸੀਂ ਇੱਥੇ ਕਰਕੇ ਦੇਵਾਂਗੇ ਪ੍ਰਬੰਧ। ਹਾਂ, ਸਾਰਾ ਕਰ ਦਿਆਂਗੇ ਆਪਾਂ ਉਹਨੂੰ, ਕਰ ਦਿਆਂਗੇ। ਅਤੇ ਇੱਕ ਇੱਕ ਗੱਲ ਮੈਨੂੰ ਹੋਰ ਦੱਸ ਦਿਓ ਵੀ ਜਿਵੇਂ ਕਈ ਵਾਰੀ ਹੁੰਦਾ ਨਾ ਵੀ ਬਹੁਤ ਸਾਰੇ ਨਾ ਅਲੱਗ ਖਰਚੇ ਮੰਨ ਲਓ ਪਾਉਣ ਲੱਗ ਜਾਂਦੇ ਆ ਬੰਦੇ, ਆਪਾਂ ਜਿਹੜੀ ਜਿਹੜਾ ਇੱਕ ਵਾਰ ਦੱਸਤਾ ਉਹੀ ਖਰਚ ਆਊਗਾ, ਇਹ ਨਹੀਂ ਹੋਊਗਾ ਵੀ ਸ਼ਾਮ ਨੂੰ ਕੁਝ ਹੋਰ ਹੋ ਗਿਆ। ਹਾਂ, ਵੀ ਬਹੁਤ ਵਾਰੀ ਬੰਦਾ ਕਹਿੰਦਾ ਜੀ ਇਹਦੇ ਆਹ ਪੈ ਗਏ, ਉਹ ਆ ਗਏ, ਇੱਕੋ ਰੇਟ ਆ ਜੀ ਬਈ, ਜਿਹੜੀ ਰੇਟ ਕਰ ਲਿਆ ਉਹੀ ਉਹਦੀ ਖਰੇ ਆ ਜੀ, ਉਹਦੀ ਖਰਾ, ਉਹੀ ਉਹੀ ਚੱਲੂਗਾ, ਉਹੀ ਚੱਲੂਗਾ ਵੀ ਮਤਲਬ ਐਵੇਂ ਨਹੀਂ ਹੋਊਗਾ, ਨਹੀਂ 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 ਵੀ ਕਿਸੇ ਵੀ ਕਿਸਮ ਦਾ ਨਹੀਂ ਨਹੀਂ। ਤੇ ਜਿਹੜਾ ਜੇ ਤੁਹਾਡੇ ਨਾਲ ਅਗਲਾ ਉੱਕਲਾ ਉੱਕਾ ਪੁੱਕਾ ਕਰ ਲਏ ਫਿਰ ਖਾਣਾ ਜਿਹੜਾ ਵਧਿਆ ਘਟੇ ਉਹਦੀ ਤੋਂ ਜ਼ਿੰਮੇਵਾਰੀ, ਸਾਰੀ ਜ਼ਿੰਮੇਵਾਰੀ ਸਾਡੀ ਹੈ। ਹਾਂ, ਤੇ ਇੱਕ ਵੀਰੇ ਮਤਲਬ ਨਾ ਲੋਕ ਥੋੜ੍ਹਾ ਜਿਹਾ ਐਵੇਂ ਡਰ ਜਾਂਦੇ ਆ, ਇਹ ਚੀਜ਼ ਜ਼ਰੂਰ ਦੱਸੋ ਵੀ ਜਦੋਂ ਬੰਦਾ ਉੱਕਾ ਪੁੱਕਾ ਕਰ ਲੈਂਦਾ ਵੀ ਉਹ ਆ ਕੇ ਖਾਣਾ ਬਣਦਾ ਤਾਜ਼ਾ ਬੰਦਾ ਚੈੱਕ ਕਰ ਸਕਦਾ? ਚੈੱਕ ਕਰ ਸਕਦਾ ਜੀ, ਕੋਈ ਦਿੱਕਤ ਪਰੇਸ਼ਾਨੀ ਨਹੀਂ, ਬੰਦਾ ਰਾਤ ਨੂੰ ਵੀ ਆ ਕੇ ਚੈੱਕ ਕਰ ਸਕਦਾ ਵਿਆਹ ਤੋਂ ਪਹਿਲਾਂ ਇੱਕ ਦਿਨ। ਹਾਂ, ਵੀ ਸਾਡਾ ਜਿਹੜਾ ਸਾਡੇ ਮਹਿਮਾਨਾਂ ਲਈ ਖਾਣਾ ਬਣ ਰਿਹਾ, ਹਾਂਜੀ, ਵੀ ਉਹ ਚੈੱਕ ਕਰ ਸਕਦਾ, ਚੈੱਕ ਕਰ ਸਕਦਾ, ਚਿਕਨ ਕਿਚਨ ਦੇ ਵਿੱਚ ਜਾ ਕੇ ਬੰਦਾ ਚੈੱਕ ਕਰ ਸਕਦਾ? ਹਾਂ, ਵੀ ਉਹ ਕੋਈ ਦਿੱਕਤ ਪਰੇਸ਼ਾਨੀ ਵੀ ਆ ਕੇ ਅਗਲਾ ਆਪਦੀ ਚੈੱਕ ਕਰੇ, ਚੈੱਕ ਕਰੇ, ਗਾਹਕ ਨੂੰ ਪੂਰਾ ਸਰਟੀਫਿਕੇਟ ਕਰਕੇ ਤੋਰਨਾ। ਕਿਆ ਬਾਤ ਆ, ਨਹੀਂ ਬਹੁਤ ਚੰਗੀ ਗੱਲ ਆ। ਲੈ ਵੀ ਸੱਜਣੋ, ਜੇ ਕਿਸੇ ਵੀ ਸੱਜਣ ਨੇ ਨਾ ਤੁਸੀਂ ਪੈਲਸ ਬੁੱਕ ਕਰਨਾ ਬਾਈ ਹੁਣਾਂ ਦਾ, ਮੈਂ ਕੁਛ ਫੁਟੇਜ ਕੁਛ ਸੀਨ ਆ ਜਿਹੜੇ ਉਹ ਵਿੱਚ ਲਾ ਰਿਹਾ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਿਸ ਤਰ੍ਹਾਂ ਦੀ ਸਜਾਵਟ ਕਰ ਦਿੰਦੇ ਆ। ਜੇ ਬੰਦੇ ਨੇ ਬਾਈ ਚਿਹਰਾ ਬਦਲਣੀਆਂ ਜਾਂ ਥੋੜਾ ਬਹੁਤਾ ਕਰਨਾ, ਬਦਲ ਦਿੰਦੇ ਆ, ਸਭ ਕੁਝ ਡੈਕੋਰੇਸ਼ਨ ਚੇਂਜ ਕਰ ਦਿੰਦੇ ਆ, ਸਭ ਕੁਝ ਉਹਦੇ ਅਕੋਰਡਿੰਗ ਕਰ ਦਿੰਦੇ, ਉਹਦੇ ਅਕੋਰਡਿੰਗ ਕਰ ਦਿੰਦੇ ਜੋ ਉਹਦੇ ਚੋਇਸ ਹੋਵੇ। ਹਾਂ, ਪਰ ਆਪਾਂ ਇੰਨਾ ਕੁਝ ਕਰਤਾ ਅਗਲੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਣੀ ਵੀ ਇੱਥੇ ਐਡ ਆਨ ਕਰ ਦਿਓ। ਹਾਂ, ਇੱਥੇ ਲੋੜ ਨਹੀਂ ਪੈਣੀ, ਫਰਨੀਚਰ ਵੀ ਸਾਰਾ ਆਪਾਂ ਲਗਜ਼ਰੀ ਦਿੱਤਾ ਵਾ, ਕੋਈ ਲੋਕਲ ਫਰਨੀਚਰ ਨਹੀਂ ਗਾ ਸਾਰਾ। ਤੇ ਛੋਟੇ ਤੋਂ ਛੋਟਾ ਬਾਈ ਕਿੰਨੇ ਫੰਕਸ਼ਨ ਵਾਲਾ ਕਰ ਸਕਦਾ ਤੁਹਾਡੇ ਨਾਲ ਸੰਪਰਕ? 250 ਤੋਂ 250 ਦੇ ਵਿੱਚ, 200 ਤੋਂ 250 ਤੋਂ ਲੈ ਕੇ 1500 ਤੱਕ ਇੱਥੇ ਹੈਗਾ ਪ੍ਰਬੰਧ, ਇੱਥੇ ਹੈਗਾ। ਤੇ ਸਾਰਾ ਕੁਛ ਯਾਰ ਗੱਲ ਹੀ ਮੁਕਾ ਦਿਓ ਯਾਰ, ਮੈਂ ਬਾਰ ਬਾਰ ਸਹੂਲਤਾਂ ਪੁੱਛੂੰਗਾ ਤਾਂ ਤੁਸੀਂ ਕਹੋਗੇ ਆਹ ਹੈਗਾ ਕਿਆ ਹੈਗਾ, ਮਤਲਬ ਸਾਰਾ ਕੁਛ ਹੀ ਹੈਗਾ, ਸਾਰਾ ਕੁਛ ਹੈਗਾ, ਵਾਟਰ ਪ੍ਰੂਫ ਦਾ ਵੀ ਪ੍ਰਬੰਧ ਹੈਗਾ ਵੀ ਮੀਂਹ ਕਣੀ 'ਚ ਵੀ ਕਿਸੇ ਨੂੰ ਦਿੱਕਤ ਨਹੀਂ। ਹਾਂ, ਵੀ ਇੱਥੇ ਉਹ ਮਸਲਾ ਤਾਂ ਜਮਾਂ ਹੀ ਹੈ ਨਹੀਂ ਗਾ ਵੀ ਜੇ ਮੀਂਹ ਪੈ ਗਿਆ ਤਾਂ ਪੈਲ ਸਕਦਾ, ਤੁਹਾਡਾ ਵਿਆਹ ਖਰਾਬ ਆ, ਵਿਆਹ ਖਰਾਬ, ਤੁਹਾਡੀਆਂ ਇਕੱਲੀਆਂ ਗੱਡੀਆਂ ਭਿੱਜ ਸਕਦੀਆਂ ਉੱਪਰੋਂ, ਹੋਰ ਨਹੀਂ। ਵੀ ਅਸੀਂ ਵੈਲੇ ਪਾਰਕਿੰਗ ਦਾ ਪ੍ਰਬੰਧ ਦਿੱਤਾ ਹੋਇਆ। ਅੱਛਾ ਜੀ, ਹਾਂਜੀ, ਹਾਂ, ਵੀ ਗੱਡੀ ਅਗਲੇ ਨੂੰ ਗੇਟ 'ਤੇ ਹੀ ਮਿਲੂਗੀ। ਹਾਂ, ਇੱਕ ਤੁਹਾਨੂੰ ਹੋਰ ਗੱਲ ਦੱਸਦਾ ਵੀ ਉਹਦਾ ਵੀ ਸਹੂਲਤ ਹੈ, ਇੱਕ ਤਾਂ ਗੇਟ 'ਤੇ ਤੁਹਾਨੂੰ ਗੱਡੀ
ਗੱਡੀ ਭਿੱਜ ਸਕਦੀ ਹੈ ਪਰ ਗੱਡੀ ਖੁੱਭ ਨਹੀਂ ਸਕਦੀ। ਹਾਂਜੀ, ਤਾਂ ਬਹੁਤ ਵਾਰੀ ਕੀ ਹੁੰਦਾ ਕਿ ਬਹੁਤ ਪਾਰਕਿੰਗਾਂ ਕੱਚੀਆਂ ਹੁੰਦੀਆਂ, ਗੱਡੀਆਂ ਖੁੱਭ ਜਾਂਦੀਆਂ ਜੇ ਫੁੱਲ ਮੀਂਹ ਪੈਂਦੇ 'ਚ ਵੀ। ਸੌਣ ਭਾਦੋਂ 'ਚ ਵੀ ਯਾਦ ਰੱਖਿਓ, ਜੇ ਤੁਹਾਨੂੰ ਪ੍ਰੋਗਰਾਮ ਬੁੱਕ ਕਰਨਾ ਪਿਆ ਤਾਂ ਤੁਸੀਂ ਆਹ ਪੈਲਸ ਬੁੱਕ ਕਰ ਸਕਦੇ, ਪੈਲਸ ਬੁੱਕ ਕਰ ਸਕਦੇ, ਇੱਕ ਵਾਰ ਸੇਵਾ ਦਾ ਮੌਕਾ ਦਿਓ। ਹਾਂ ਜ਼ਰੂਰ ਦਿਓ। ਬੰਦੇ ਬਹੁਤ ਪਿਆਰੇ ਸੱਜਣਾ, ਪੇਂਡੂ ਬੰਦੇ ਆ, ਪਿਓਰ ਪੇਂਡੂ ਬੰਦੇ ਆ, ਦੇਸੀ ਬੰਦੇ ਅਤੇ ਬੜੇ ਪਿਆਰੇ ਸੱਜਣਾ। ਜੇ ਤੁਸੀਂ ਮਿਲੋਗੇ ਆ ਕੇ ਤੁਹਾਨੂੰ ਆਪੇ ਹੀ ਪਤਾ ਲੱਗੂ ਵੀ ਇਹ ਬੰਦੇ ਉਹ ਆ ਵੀ ਜਿਹੜੇ ਤੁਹਾਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ।